दी वेट है बस। शायद एक साल होगा, कोई ऐसा दिन नहीं होगा जो असं एक एक पल उन्हें याद करते हैं ना। बाबा जी अगर अरदास करते हैं कि सानू वापस मिल जाए, बस सही अरदास। फांसी की सजा की मांग कर रहे हैं जी, उन्होंने फांसी जिम्मे उन्हें दरलोज ना किया जी। ढाई साल की बच्ची दलरोस अज एक पूरा साल हो गया जो गुरुद्वारा साहब विच पाठ कराया गया। जो पिता की बेनती है, अरदास है, वो जरूर सुनो प्लीज। उम्मीद है कि भी जल्दी सजा हो जूगी जी। उन्होंने जी की सजा की मांग कर रहे हैं जी। उन्होंने फांसी जिम्मे उन्हें दरलोज ना किया जी। उन्होंने भी उदा ही फांसी की सजा होने भी लटका के मारिया जाए जी। उन्होंने जी दलरोज की याद मापियां नूं नित आउंदी है ते ओह मापे सारियां चीज़ां दलरोज दियां सांभ के बैठे आ। प्लीज़ एक अरदास उन्हां वास्ते करियो कि उन्हां दी दलरोज वापस आ जावे। तुसीं सुनो उन्हां दे माता पिता दे मूहों उन्हां दी भी इह अरदास है। एक पाठ जरूर करियो उन्हां दी खातर, प्लीज़ दलरोज वापस आ जावे। पल पल दी मूवमेंट उहदी जी, गल्लां जो जो करदे सी जी सारियां याद रहे जी। ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ। ਹੁਣ ਪਰਮਾਤਮਾ ਤੋਂ ਤੁਸੀਂ ਕੀ ਮੰਗ ਰਹੇ ਹੋ ਉਹ ਦੱਸੋ। ਅਰਦਾਸ ਕਰ ਰਹੇ ਜੀ, ਨਵਾਂ ਸਾਲ ਆ ਜੀ, ਸਾਡੇ ਲਈ ਖੁਸ਼ੀ ਵਾਲਾ ਆਵੇ, ਉਹ ਦਿਲੋਂ ਸਾਡੇ ਵਾਪਸ ਆ ਜਾਏ ਜੀ। ਸਾਰਿਆਂ ਨੂੰ ਬੇਨਤੀ ਕਰਦੇ ਕਿ ਅਰਦਾਸ ਕਰਿਓ ਜੀ, ਅਤੇ ਵੀ ਉਹਦੀ ਯਾਦ ਵਿੱਚ ਇੱਕ ਇੱਕ ਪਾਠ ਜ਼ਰੂਰ ਕਰਿਓ ਜੀ, ਦਿਲੋਂ ਦੀ ਯਾਦ ਦੇ ਵਿੱਚ ਜੀ ਜੀ। ਪੂਰਾ ਇੱਕ ਸਾਲ ਹੋ ਗਿਆ ਬੱਚੀ ਗਈ ਨੂੰ, ਪਰ ਅਜੇ ਵੀ ਜ਼ਖਮ ਅੱਲੇ ਆ। ਇਹਨਾਂ ਮਾਪਿਆਂ ਦਾ ਹਾਲ ਵੇਖ ਨਹੀਂ ਹੁੰਦਾ, ਸੁਣੋ। ਵਿਸ਼ਵਾਸ ਨਹੀਂ ਹੁੰਦਾ ਦੀਦੀ, ਅੱਜ ਤੱਕ ਉਹਦਾ ਸਾਰਾ ਸਮਾਨ, ਉਹਦੇ ਸ਼ੂਜ਼, ਉਹਦੇ ਜੋ ਵੀ ਕੱਪੜੇ, ਉਹਦੀਆਂ ਡਰੈਸਿਸ ਸਭ ਸੰਭਾਲ ਕੇ ਰੱਖੀ ਹੋਈਆਂ ਨੇ। ਬਿਲਕੁਲ ਸਭ ਕੁਛ ਰੱਖਿਆ ਹੋਇਆ, ਉਹਦੇ ਆਉਣ ਦੀ ਵੇਟ ਆ ਬਸ। ਕਿਸੇ ਰੂਪ 'ਚ ਵਾਪਸ ਆਏ, ਵਾਪਸ ਆਏ, ਫਿਰ ਘਰ ਜਨਮ ਲਏ, ਫਿਰ ਖੁਸ਼ੀਆਂ ਹੋਣ। ਹਾਂਜੀ, ਕਿਉਂਕਿ ਅਣਸੁਖਾਵੀ ਮੌਤ ਬੱਚੀ ਦੀ ਕਿਸੇ ਤੋਂ ਜਲ ਨਹੀਂ ਹੋਈ। ਜੋ ਅੱਜ ਵੀ ਜੀ ਪੂਰੇ ਵਰਲਡ 'ਚੋਂ ਹੀ ਫੋਨ ਆ ਰਹੇ ਜੀ, ਮੈਨੂੰ ਅੱਜ ਪੁੱਛ ਰਹੇ ਲਈ ਵੀ ਸਾਲ ਹੋ ਗਿਆ ਜੀ, ਅੱਜ ਅਰਦਾਸ ਆ ਜੀ। ਬਹੁਤ ਲੋਕ ਦੁੱਖ ਦੇ ਟਾਈਮ ਸਾਡੇ ਨਾਲ ਖੜ੍ਹੇ ਨੇ ਜੀ। ਅੱਛਾ, ਬਹੁਤ ਅੱਜ ਬੜੀ ਦੂਰੋਂ ਦੂਰੋਂ ਚੱਲ ਕੇ ਆਏ ਜੀ। ਕੋਈ ਸੰਗਰੂਰ ਤੋਂ ਆਇਆ, ਕੋਈ ਜਲੰਧਰ ਤੋਂ ਆਇਆ ਜੀ। ਸਵੇਰੇ ਕਹਿੰਦੇ ਨੇ ਵੀ ਅਸੀਂ 7 ਵਜੇ ਤੋਂ ਤੁਰੇ ਹੋਏ ਹਾਂ ਜੀ ਅਰਦਾਸ ਦੇ ਵਿੱਚ ਆਉਣ ਨੂੰ ਜੀ। ਇੱਥੇ ਦਲਰੋਜ ਦੇ ਦਾਦਾ ਜੀ ਵੀ ਇੱਥੇ ਮੌਜੂਦ ਹਨ, ਅਤੇ ਤੁਸੀਂ ਸੁਣੋ ਉਹਨਾਂ ਨੂੰ ਵੀ ਅੱਜ ਤੱਕ ਦਲਰੋਜ ਦੇ ਕਿਵੇਂ ਭੁਲੇਖੇ ਪੈਂਦੇ ਆ। ਬਹੁਤ ਜ਼ਿਆਦਾ ਪਿਆਰ ਹੁੰਦਾ। ਮੈਨੂੰ ਪਤਾ ਆਪਦੀ ਜ਼ਿੰਦਗੀ 'ਚ ਇਹ ਸਾਲ ਮੇਰਾ ਸਭ ਤੋਂ ਔਖਾ ਸਾਲ ਨਿਕਲਿਆ, ਬਹੁਤ ਔਖਾ। ਅੱਜ ਵੀ ਮੈਂ ਤਾਂ ਖੈਰ ਕੀ ਚਾਹ ਪੀਣੀ ਸੀ, ਮੇਰੇ ਕਈ ਭੈਣ ਭਰਾਵਾਂ ਨੇ, ਜਿੱਦਾਂ ਤੂੰ ਹੀ ਮੇਰੀ ਬੱਚੀ ਆ, ਕਈ ਬੰਦੇ ਨੇ ਫੋਨ ਆ ਰਹੇ ਕਹਿੰਦੇ ਅੰਕਲ ਜੀ ਸਾਡੇ ਘਰ ਸਵੇਰ ਦੀ ਚਾਹ ਨਹੀਂ ਬਣੀ ਅੱਜ, ਕਹਿੰਦੇ ਉਹੀ ਕਲਹਿਣਾ ਦੇਣਾ ਜੇ ਫਿਰ ਚੜ੍ਹ ਗਿਆ, ਕਹਿੰਦੇ ਬਿਲਕੁਲ ਜੀ ਬਿਲਕੁਲ। ਸਹਿਜੇ ਵੀ ਨਹੀਂ ਮੰਨ ਰਿਹਾ, ਸਾਰਾ ਕੁਝ ਆਪਦੇ ਹੱਥੀਂ ਕਰ ਲਿਆ, ਸੰਸਕਾਰ ਵੀ ਕਰਤਾ, ਭੋਗ ਵੀ ਪਾਤਾ, ਫੁੱਲ ਵੀ ਪਾਉਂਦੇ, ਸਾਰਾ ਕੁਝ। ਅੱਜ ਸਾਲ ਬਾਅਦ 'ਚ ਮਨਾ ਲਿਆ ਦੇਣ, ਪਰ ਹਜੇ ਵੀ ਦਿਲ ਨਹੀਂ ਮੰਨਦਾ ਲਈ ਦੀ ਰੋਜ਼ ਮੇਰੇ ਘਰ ਹੈਗੀ ਆ, ਹਜੇ ਵੀ ਦਿਲ ਮੈਨੂੰ ਇਹ ਕਹਿੰਦਾ ਵਾ। 2.5 ਸਾਲ ਦਾ ਕੀ ਬੱਚਾ ਹੁੰਦਾ ਏ, ਇਹ ਜਦੋਂ ਜਨਮ ਹੋਇਆ ਉਦੋਂ ਪਹਿਲਾਂ ਅਸੀਂ ਜਗ੍ਹਾ ਲਈ ਆਲਮਗਿਰਨ ਕਿਲੇ ਵਿੱਚ, ਲੈ ਕੱਲ੍ਹ ਨੂੰ ਅਸੀਂ ਬੱਚੀ ਹੋਈ ਆ ਸਾਡੇ ਲਈ, ਕੱਲ੍ਹ ਨੂੰ ਉਹਦਾ ਵਿਆਹ ਕਰਨਾ, ਚਲੋ ਗਾਂਧ ਦੀ ਗਾਂ ਮਹਿੰਗਾਈ ਵਧੀ ਜਾਣੀ ਆ, ਇਹਦਾ ਅਸੀਂ ਪਲਾਟ ਦੇ ਨਾਲ ਇਹਦੇ ਮੈਰਿਜ ਹੋ ਜੂਗੀ ਬੱਚੀ ਦੀ। ਅੱਜ ਤਾਂ ਇੱਥੇ ਤੱਕ ਸੋਚੀ ਬੈਠੇ, ਸਾਨੂੰ ਕੀ ਪਤਾ ਸੀ ਇਹ ਪਾਪਨ ਡੈਣ ਸਾਡੇ ਗੁਆਂਢ 'ਚ ਬੈਠੀ ਆ ਜਿਹਨੇ ਦਿਲੋਂ ਇਹਨੂੰ ਚੱਟ ਰਹੀ ਨਹੀਂ। ਉਮੀਦ ਹੈ ਰੋਜ਼ ਘਰ ਦੁਬਾਰਾ ਜਨਮ ਲਏਗੀ। ਹਾਂ ਉਮੀਦ ਹੈ ਜੀ ਤੁਹਾਡੇ। ਹਾਂਜੀ, ਤੁਸੀਂ ਬੱਚਿਆਂ ਦੀ ਅਰਦਾਸ ਪੂਰੀ ਜ਼ਰੂਰ ਹੋਊਗੀ ਜੀ। ਤੁਸੀਂ ਸਾਰਾ ਵਰਲਡ ਅਰਦਾਸਾਂ ਕਰ ਰਹੇ ਹਾਂ, ਤੂੰ ਹੀ ਮੇਰੀ ਬੱਚੀਆਂ, ਤੂੰ ਹੀ ਅਰਦਾਸ ਕਰ ਰਹੀ ਹੈ ਬੇਟੇ, ਕਿਉਂ ਨਹੀਂ ਅਰਦਾਸ ਪੂਰੀ ਹੋਊਗੀ, ਹੋਊਗੀ। ਉਹ ਸਭ ਦੀਆਂ ਅਰਦਾਸਾਂ ਸੁਣਦਾ ਸੱਚਾ ਪਾਤਸ਼ਾਹ ਮੇਰਾ, ਬੇਟੇ ਪੂਰਾ ਵਰਲਡ ਹੋ ਜਾਂਦਾ। ਮੈਂ ਤਾਂ ਹੁਣ ਜਿਹੜੀ ਦਿਲ ਰੋਜ਼ ਕਹਿੰਦੀ ਸੀ ਨਾ, ਮੰਮਾ ਮੈਂ ਤੁਹਾਡੀ ਜਾਨ ਆ, ਉਹ ਤਾਂ ਨਿਕਲ ਗਈ, ਹੁਣ ਤਾਂ ਪੁਤਲਾ ਛੱਡ ਗਈ ਮੈਨੂੰ, ਪੁਤਲਾ ਛੱਡ ਗਈ ਮੈਨੂੰ। ਅੱਛਾ, ਬਹੁਤ ਅੱਜ ਬੜੀ ਦੂਰੋਂ ਦੂਰੋਂ ਚੱਲ ਕੇ ਆਏ ਜੀ, ਕੋਈ ਸੰਗਰੂਰ ਤੋਂ ਆਇਆ, ਕੋਈ ਜਲੰਧਰ ਤੋਂ ਆਇਆ ਜੀ। ਤੱਕ ਖਬਰ ਪਹੁੰਚੀ ਅੱਜ ਵੀ ਜੀ, ਹੁਣ ਪੂਰੇ ਵਰਲਡ 'ਚੋਂ ਹੀ ਫੋਨ ਆ ਰਹੇ ਜੀ, ਮੈਨੂੰ ਅੱਜ ਪੁੱਛ ਰਹੇ ਲਈ ਵੀ ਸਾਲ ਹੋ ਗਿਆ ਜੀ। ਇਹਨੂੰ ਉਮਰ ਕੈਦ ਹੋਵੇ, ਉਮਰ ਕੈਦ ਹੋਵੇ, ਫਾਂਸੀ ਹੋਵੇ ਚਾਹੇ ਜੋ ਵੀ ਦੋ, ਇਹਨੂੰ ਸਜ਼ਾ ਜਿਹੜੀ ਵੀ ਮਿਲੇ ਥੋੜੀ ਆ ਸਜ਼ਾ ਇਹਦੇ ਵਾਸਤੇ, ਫਾਂਸੀ ਹੋਵੇ ਚਾਹੇ ਜੋ ਵੀ ਹੋਵੇ ਚਾਹੇ ਜਿਹੜੀ ਵੀ ਮਿਲੇ ਥੋੜੀ ਆ, ਜਿਹੜੀ ਵੀ ਮਿਲੇ ਥੋੜੀ ਆ, ਇਹਨੂੰ ਇਹੋ ਜਿਹੀ ਸਜ਼ਾ ਮਿਲੇ ਵੀ ਇਹਨੂੰ ਇਹੋ ਇਹਨੂੰ ਤਰਸ ਹੀ ਨਹੀਂ ਜਰਾ ਵੀ ਆਇਆ ਵੀ ਕੀ ਕਰ ਰਹੀ ਹੈ ਇਸ ਬੱਚੀ ਨਾਲ। ਇਸ ਨੰਨੀ ਜੀ ਬੱਚੀ ਦੀ ਕਾਤਲ ਨੂੰ ਤੁਸੀਂ ਕੀ ਸਜ਼ਾ ਦੇਣੀ ਚਾਹੋਗੇ, ਕਮੈਂਟ ਜ਼ਰੂਰ ਕਰਕੇ ਦੱਸਣਾ ਪਲੀਜ਼। ਵੇਖੋ ਇਹਨਾਂ ਦਾ ਹਾਲ ਆਪਾਂ ਤੋਂ ਦੇਖਿਆ ਨਹੀਂ ਜਾਂਦਾ। ਜੋਗੀ ਮੈਨੂੰ ਛੱਡਿਆ ਹੀ ਨਹੀਂ। ਕੁਛ ਮਾਰਿਆ, ਉਹ ਕਿੰਨਾ ਤੜਫੀ, ਮੈਂ ਕੁਛ ਕਰ ਹੀ ਨਹੀਂ ਸਕੀ, ਉਹ ਨਹੀਂ
ਦਾ ਜੇ ਅੱਖਾਂ ਮੀਚਦੀਆਂ ਤਾਂ ਉਹ ਜਾਂਦੀ ਦੇਖਦੀ ਆ ਉਹਦੇ ਨਾਲ ਜੇ ਖੋਲਦੀਆਂ ਤਾਂ ਕੁਛ ਸਮਝ ਨਹੀਂ ਆਉਂਦਾ ਖਤਮ ਹੋ ਗਿਆ ਸਾਰਾ ਕੁਛ ਮੇਰਾ ਖਤਮ ਹੋ ਗਿਆ ਪਲੀਜ਼ ਸਾਰੇ ਜਾਣੇ ਅਰਦਾਸ ਕਰਿਓ ਕਿ ਦਿਲਰੋਜ ਵਾਪਸ ਆ ਜਾਵੇ ਇਹਨਾਂ ਮਾਪਿਆਂ ਦੀਆਂ ਬਾਹਾਂ ਦੇ ਵਿੱਚ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ